ਨਿਹੰਗ ਸਿੰਘਾਂ ਅਤੇ ਸੀਰੀਅਲ ਦੀ ਸ਼ੂਟਿੰਗ ਕਰ ਰਹੇ ਸ਼ੂਟਿੰਗ ਵਾਲਿਆਂ ਦੇ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਸ਼ੂਟਿੰਗ ਵਾਲੇ ਸੀ ਉਹਨਾਂ ਦੇ ਵੱਲੋਂ ਆਨੰਦ ਕਾਰਜ ਦਾ ਜੋ ਸੀਨ ਸੀ ਉਹ ਸ਼ੂਟ ਕੀਤਾ ਜਾ ਰਿਹਾ ਸੀ, ਪਰ ਸ਼ੂਟ ਕਰਨ ਦਾ ਤਰੀਕਾ ਉਹਨਾਂ ਦਾ ਗਲਤ ਦੱਸਿਆ ਜਾ ਰਿਹਾ, ਕਿਉਂਕਿ ਉਹਨਾਂ ਨੇ ਨਕਲੀ ਹੀ ਨਿਸ਼ਾਨ ਸਾਹਿਬ ਅਤੇ ਨਕਲੀ ਹੀ ਪਾਲਕੀ ਸਾਹਿਬ ਜੋ ਸੀ ਉਹ ਸਜਾਇਆ ਹੋਇਆ ਸੀ ਅਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਨਿਹੰਗ ਸਿੰਘਾਂ ਨੂੰ ਇਸ ਦੀ ਭਿਣਕ ਪੈ ਜਾਂਦੀ ਹੈ ਅਤੇ ਮੌਕੇ ਦੇ ਉੱਤੇ ਪਹੁੰਚੇ ਨਿਹੰਗ ਸਿੰਘਾਂ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਤਾਂ ਸ਼ੂਟਿੰਗ ਵਾਲਿਆਂ ਦੇ ਵਿਚਕਾਰ ਅਤੇ ਨਿਹੰਗ ਸਿੰਘਾਂ ਦੇ ਵਿਚਕਾਰ ਕਾਫੀ ਤਕਰਾਰ ਵੀ ਹੋਈ ਹੈ ਅਤੇ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਪੁਲਿਸ ਨੇ ਹੁਣ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਲਈ ਥਾਣੇ ਦੇ ਵਿੱਚ ਸੱਦਿਆ ਅਤੇ ਉੱਥੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਿਹੰਗ ਸਿੰਘਾਂ ਅਤੇ ਸ਼ੂਟਿੰਗ ਵਾਲਿਆਂ ਦੇ ਵਿਚਕਾਰ ਵਿਵਾਦ ਹੋਇਆ। ਕਿਹਾ ਜਾ ਰਿਹਾ, ਇਲਜ਼ਾਮ ਲਗਾਏ ਜਾ ਰਹੇ ਨੇ ਸ਼ੂਟਿੰਗ ਵਾਲਿਆਂ ਦੇ ਉੱਤੇ ਕਿ ਉਹਨਾਂ ਨੇ ਨਕਲੀ ਨਿਸ਼ਾਨ ਸਾਹਿਬ ਅਤੇ ਨਕਲੀ ਹੀ ਪਾਲਕੀ ਸਾਹਿਬ ਬਣਾਇਆ ਹੋਇਆ ਸੀ ਅਤੇ ਇਸ ਦੇ ਨਾਲ ਹੀ ਇੱਕ ਨਕਲੀ ਥੜਾ ਸਾਹਿਬ ਵੀ ਸਜਾਇਆ ਹੋਇਆ ਸੀ, ਜਿਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਸ਼ੂਟਿੰਗ ਵਾਲਿਆਂ ਤੇ ਅਤੇ ਨਾਲ ਹੀ ਨਿਹੰਗ ਸਿੰਘਾਂ ਦੇ ਵਿਚਕਾਰ ਕਾਫੀ ਤਕਰਾਰ ਹੋਈ ਹੈ ਅਤੇ ਇਸ ਦੌਰਾਨ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨਕਲੀ ਨਿਸ਼ਾਨ ਸਾਹਿਬ ਅਤੇ ਜੋ ਥੜਾ ਸਾਹਿਬ ਹੈ ਉਹ ਬਣਾਇਆ ਹੋਇਆ ਅਤੇ ਕਿਹਾ ਜਾ ਰਿਹਾ ਕਿ ਇਸ ਦਾ ਹੀ ਇਸਤੇਮਾਲ ਜੋ ਹੈ ਇਹ ਸ਼ੂਟਿੰਗ ਦੇ ਵਿੱਚ ਸ਼ੂਟਿੰਗ ਵਾਲਿਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ। ਫਿਲਹਾਲ ਹੁਣ ਮੌਕੇ ਦੇ ਉੱਤੇ ਪੰਜਾਬੀ ਦਿੱਗਜ ਅਦਾਕਾਰ ਜਰਨੈਲ ਸਿੰਘ ਵੀ ਪਹੁੰਚੇ ਨੇ ਅਤੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਹੀ ਪੱਤਰਕਾਰਾਂ ਦੇ ਵੱਲੋਂ ਜਰਨੈਲ ਸਿੰਘ ਨੂੰ ਵੀ ਕਾਫੀ ਤਿੱਖੇ ਸਵਾਲ ਕੀਤੇ ਗਏ ਨੇ, ਜਿਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਕਿਹਾ ਗਿਆ ਕਿ ਕੀ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਨਕਲੀ ਬਣਾਏ ਜਾ ਸਕਦੇ ਨੇ, ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਹੈ ਤਾਂ ਇਹ ਤੁਸੀਂ ਖੁਦ ਹੀ ਸੁਣ ਲਓ। ਉਹ ਕਹਿੰਦੇ ਵੀ ਅੱਜ ਬੇਅਦਬੀ ਹੋ ਗਈ ਘੜੂਏ ਵੀ ਕਾਲਗੜ੍ਹ ਸਾਹਿਬ ਦੇ ਨੇੜੇ, ਤਾਂ ਅਸੀਂ ਜਦੋਂ ਉਰੇ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹ ਚੌਰ ਸਾਹਿਬ ਹੈ ਜਿਹਦੇ ਵਿੱਚ ਤਬਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ, ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ, ਕੋਈ ਸੀਰੀਅਲ ਬਣ ਰਿਹਾ ਉਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉੱਥੇ। ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਸਾਹਿਬ ਉਹਨਾਂ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖ਼ਤ ਸਜਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ, ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ, ਜੋ ਕਿ ਕੋਈ ਸਰਗੁਣ ਮਹਿਤਾ ਉਹਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ, ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਕਲ ਕਰਕੇ ਉਹਨਾਂ ਦਾ ਬੇਅਦਬੀ ਕੀਤੀ ਹੈ। ਜੋ ਬੇਅਦਬੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ। ਅਸੀਂ ਕੀ ਕਾਰਵਾਈ ਚਾਹੁੰਦੇ ਹਾਂ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ, ਜਿਹੜੇ ਕਰਵਾ ਰਹੇ ਨੇ, ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਹੈ ਉਹਦਾ ਘਰ ਵਾਲਾ ਉਹਦੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ 'ਤੇ, ਕਿਉਂਕਿ ਇਹ ਸਿਸਟਮ ਚਲਾ ਰਹੇ, ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਕਰਿਆ ਜਾਊਗਾ ਔਰ ਕਿਹੋ ਜਿਹੀ ਲੋਕੇਸ਼ਨ ਚਾਹੀਦੀ ਹੈ। ਅਸੀਂ ਵੀ ਪੜ੍ਹੇ ਲਿਖੇ ਅਨਪੜ੍ਹ ਕੋਈ ਨਹੀਂ ਹੈ, ਸਾਰਾ ਇੰਟੈਲੀਜੈਂਟ ਇਲਾਕਾ ਹੈ, ਕਿਉਂਕਿ ਮਹਾਰਾਜ ਦੀ ਕਿਰਪਾ ਹੈ ਸਤਿਗੁਰਾਂ ਦੀ, ਅੱਜ ਦੀ ਕੌਮ ਖਾਲਸਾ ਪੰਥ ਪੜ੍ਹਿਆ ਲਿਖਿਆ ਹੈ, ਅੱਜ ਜਿੱਥੇ ਵੀ ਮੁੱਦਾ ਆਉਂਦਾ ਉੱਥੇ ਮੁੱਦੇ ਨੂੰ ਦਬਾਉਣ ਦੀ ਗੱਲ ਹੁੰਦੀ ਹੈ। ਅਗਰ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ 'ਤੇ, ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਹਾਂ, ਕਿਉਂਕਿ ਉਸ ਜਗ੍ਹਾ 'ਤੇ ਕਬਜ਼ਾ ਹੋਣਾ ਚਾਹੀਦਾ, ਕਿਉਂਕਿ ਖਾਲਸੇ ਪੰਥ ਦੇ ਮਨਾਂ ਨੂੰ ਠੇਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ
ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਖਾਲਸੇ ਪੰਥ ਸਿੱਖ ਕੌਮ ਦਾ ਘਾਣ ਕੀਤਾ ਹੈ, ਜੋ ਇਹ ਘਾਣ ਨਹੀਂ ਹੋਣਾ ਚਾਹੀਦਾ, ਇਹਨਾਂ 'ਤੇ ਨੱਥ ਪਾਉਣੀ ਚਾਹੀਦੀ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ 'ਤੇ ਪਰਚਾ ਦੇਣਾ ਬਣਦਾ, ਜੇ ਅਗਰ ਪਰਚਾ ਨਹੀਂ ਕਰਦੇ ਤਾਂ ਫਿਰ ਅਸੀਂ ਬਣਦੀ ਕਾਰਵਾਈ ਜੋ ਖਾਲਸੇ ਦਾ ਸਿਸਟਮ ਹੈ ਉਹਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ, ਜੋ ਆਪਣੀ ਗੱਲ ਹੈ ਇਹ ਤਾਂ ਅਸੀਂ ਆਪਸ ਵਿੱਚ ਕੋਈ ਨਹੀਂ ਜੀ, ਭਾਜੀ ਅਸੀਂ ਜਸਟ ਰੈਂਡਮ ਗੱਲ ਕਰਨ ਲਈ ਆਪਣੀ, ਤੁਸੀਂ ਕਿਉਂ ਕੋਈ ਨਹੀਂ, ਤੁਹਾਨੂੰ ਬੈਠ ਦੇ ਦਿੰਦੇ। ਬਾਈਟ ਦੇਖ ਲੈ ਜੀ, ਕੀ ਮਸਲਾ ਹੈ ਜਿਹੜਾ ਅੱਜ ਗੁਰਦੁਆਰੇ ਦਾ ਕੋਈ ਕਹਿੰਦਾ? ਭਾਜੀ ਬਾਈਟ ਦੇਖ ਕੇ ਜਾਵਾਂਗੇ ਅਸੀਂ, ਬਾਬਾ ਜੀ ਨਾਲ ਮਾੜਾ ਜਿਹਾ ਮਸਲਾ ਤਾਂ ਦੱਸੋ, ਕੁਛ ਤਾਂ ਦੱਸੋ ਸਾਨੂੰ, ਆਏ ਹੋ ਤੁਸੀਂ ਉੱਧਰ ਦੇ ਹੋ, ਐਡਾ ਬੜਾ ਮਸਲਾ ਜਿਹੜਾ ਹੈ ਉੱਠ ਖੜਾ ਹੋਇਆ ਹੈ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹ ਕੁਛ ਨਹੀਂ, ਇਹ ਨਾ ਇੱਕ ਜਿਹੜੀ ਸਿੰਪਲ ਜੀ ਗੱਲ ਆ ਕਿ ਜਦੋਂ ਅਸੀਂ ਸਿੱਖਾਂ ਦਾ ਕੋਈ ਆਨੰਦ ਕਾਰਜ ਵਿਖਾਉਣਾ, ਇਹ ਮਸਲਾ ਸਿਰਫ ਉਹ ਆ ਵੀ ਉਹ ਫਿਲਮ 'ਚ ਕਿੱਦਾਂ ਵਿਖਾਇਆ ਜਾਵੇ। ਉੱਥੇ ਮਹਾਰਾਜ ਦਾ ਸਰੂਪ ਤਾਂ ਰੱਖ ਨਹੀਂ ਸਕਦੇ ਆਪਾਂ, ਮਹਾਰਾਜ ਦੇ ਸਰੂਪ ਤੋਂ ਬਿਨਾਂ ਜੇ ਆਪਾਂ ਖਾਲੀ ਪਾਲਕੀ ਲੈ ਕੇ ਜੇ ਆਪਾਂ ਸਿਰਫ ਡੰਮੀ ਰੱਖ ਕੇ ਵਿਖਾਉਣਾ ਤਾਂ ਉਹ ਇੱਦਾਂ ਹੀ ਵਿਖਾਇਆ, ਪਿਛਲਾਂ ਕਈ ਫਿਲਮਾਂ 'ਚ, ਕਈ ਫਿਲਮਾਂ 'ਚ ਇੱਦਾਂ ਹੋਇਆ ਹੈ ਨਾ। ਸੋ ਉਹਦੇ ਲਈ ਇੱਕ ਵਿਸ਼ਾ ਆ, ਉਹ ਜਿਹਦੇ ਲਈ ਥੋੜ੍ਹਾ ਜਿਹਾ ਇਹ ਨਿਹੰਗ ਜਥੇਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਝੜਪ ਹੋਈ, ਤਾਂ ਮੈਨੂੰ ਵੀ ਫੋਨ ਆਇਆ ਤਾਂ ਮੈਂ ਵੀ ਇੱਥੇ ਇੱਕ ਸ਼ਾਰਟ ਆਊਟ ਕਰਾਉਣੇ ਆਇਆ। ਮੈਂ ਮੰਨਦਾ ਇਸ ਗੱਲ ਤੋਂ, ਮੈਂ ਮੁੱਕਰਦਾ ਨਹੀਂ ਇਸ ਗੱਲ ਤੋਂ, ਪਰ ਮੇਰੇ ਕਹਿਣ ਨਾਲ ਕੰਸਰਨ ਇਹ ਆ ਕਿ ਜੇ ਕਿਸੇ ਨੇ ਵਿਖਾਉਣਾ ਵਾ, ਜੇ ਕਿਸੇ ਨੇ ਫਿਲਮ ਦੇ ਵਿੱਚ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਅਤੇ ਉਹ ਵਿਆਹ ਕੇ ਕੁੜੀ ਲੈ ਕੇ ਆਇਆ ਸੀ, ਉਹਦੇ ਵਿੱਚ ਜੇ ਇੱਕ ਡੰਮੀ ਪਾਲਕੀ 'ਤੇ ਜਾਂ ਡੰਮੀ ਕਿਤੇ ਪਾਲਕੀ ਸਾਹਿਬ ਰੱਖ ਕੇ ਮਹਾਰਾਜ ਦਾ ਸਰੂਪ ਨਾ ਹੋਵੇ ਜਿੱਥੇ, ਅਤੇ ਉੱਥੇ ਉਹਨਾਂ ਕੋਲ ਦੂਜੇ, ਜੇ ਉਹਨਾਂ ਦੀ ਗੱਲ ਕਰੀਏ ਉਹਨਾਂ ਕੋਲ 20-25 ਫਿਲਮਾਂ 'ਤੇ ਐਵੀਡੈਂਸ ਪਏ ਨੇ, ਹੈ ਨਾ, ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ। ਭਾਜੀ ਪੱਤਰਕਾਰ ਵਾਲੀ ਗੱਲ ਨਾ ਕਰੋ, ਇਹ ਪੱਤਰ ਹੁਣ ਹੋ ਸਕਦੇ ਨੇ, ਹੋ ਸਕਦੇ, ਇਹ ਮੈਨੂੰ ਨਹੀਂ ਨਹੀਂ ਇੱਦਾਂ ਫਿਰ ਸਵਾਲ ਵਾਂਗੂ ਸਵਾਲ ਪੁੱਛੋ, ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ। ਆਪਾਂ ਇਹਨੂੰ ਸੋਰਟ ਆਊਟ ਕਰਨਾ ਹੈ ਗੱਲ ਨੂੰ, ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ, ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ 'ਤੇ ਪਰਚਾ ਨਾ ਹੋਵੇ, ਕੋਈ ਬੰਦਾ ਆਪਸ 'ਚ ਲੜੇ ਨਾ, ਇਹਨੂੰ ਬਹਿ ਕੇ ਸਵਾਲ ਕਰਨ ਦਾ ਜਰਿਆ ਜੀ ਤੁਹਾਨੂੰ ਕਹਾਂ, ਤੁਸੀਂ ਸਿਆਣੇ ਹੋ, ਸਿਆਣੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਅਮੂਮਨ ਤੁਸੀਂ ਚਰਚਾ ਕਰਦੇ ਹੋ, ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ? ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ, ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਆ, ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀ ਨੂੰ ਵਿਖਾਉਣਾ ਵਾ, ਉਹਦਾ ਇੱਕ ਤਰੀਕਾ ਤਾਂ ਹੋਣਾ ਚਾਹੀਦਾ। ਹੁਣ ਜਿੱਦਾਂ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨੋਰਮਲੀ ਪੈਂਟ ਟੀ ਸ਼ਰਟ 'ਚ ਰਹਿੰਦਾ, ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟਰੈਵਲ ਕਰਨਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ 'ਤੇ ਜਾਣਾ ਤਾਂ ਮੈਂ ਬਾਣਾ ਪਾ ਲੈਂਦਾ, ਫਿਰ ਇਹਦਾ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਆ? ਤੁਸੀਂ ਮੇਰੀ ਗੱਲ ਸਮਝੇ? ਮੈਂ ਕਹਿੰਦਾ ਕਿ ਹਰ ਚੀਜ਼ ਨੂੰ ਜਿਤਾਉਣ ਦਾ ਇੱਕ ਤਰੀਕਾ ਹੁੰਦਾ, ਆਪਾਂ ਉਹ ਤਰੀਕਾ ਲੱਭੀਏ। ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ, ਜਿੱਦਾਂ ਉਹਨਾਂ ਨੇ ਮਹਾਰਾਜ ਦੇ ਆਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਹਾਰਾਜ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ, ਉਹ ਸਭ ਸਮਝ ਗਏ ਵੀ ਨਹੀਂ ਹੋਣਗੇ, ਅਤੇ ਜਾਂ ਤਾਂ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਇਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ, ਨਹੀਂ ਵਿਖਾ ਸਕਦਾ, ਇੱਕ ਉੱਥੋਂ ਪਾਸ ਹੋ ਜਾਵੇ ਨਾ। ਪਹਿਲੇ ਹੀ ਮਸਲਾ ਸਾਹਮਣੇ ਆਇਆ, ਹੁਣ ਤੱਕ ਫਿਲਮਾਂ ਤਾਂ ਬਹੁਤ ਬਣੀਆਂ। ਮੈਂ ਉਹੀ ਕਹਿੰਦਾ ਕਿ ਉਹਨਾਂ ਜਦੋਂ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ, ਉਹ ਕਹਿੰਦੇ ਸਾਡੇ ਕੋਲ 30 ਫਿਲਮਾਂ ਦਾ ਐਵੀਡੈਂਸ ਪਿਆ ਆ, ਜਿਹਦੇ ਵਿੱਚ ਇੱਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ 'ਤੇ ਮਹਾਰਾਜ ਦੀ ਪਾਲਕੀ ਰੱਖ ਕੇ, ਮਹਾਰਾਜ ਦਾ ਸਰੂਪ ਨਹੀਂ, ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾਂ ਪੜੀਆਂ ਜਾਂਦੀਆਂ ਨਾ ਕੁਝ, ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ, ਜਿੱਥੋਂ ਪਤਾ ਲੱਗਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ। ਉਹ ਇੱਕ ਤਰੀਕਾ ਆ, ਉਹਨਾਂ ਨੇ ਉਹੀ ਤਰੀਕਾ ਅਪਣਾਇਆ ਜਿਹੜਾ ਕੀਤਾ, ਉਹ ਕਿਸੇ 'ਤੇ ਸੈਂਟੀਮੈਂਟ ਹਰਟ ਹੋਏ, ਉਸਦਾ ਮੇਰੇ ਵੀ ਹੋਏ ਹੋਣ,
ਬਟ ਉਹਦੇ ਦੀ ਗੱਲ ਕਰਨਾ ਹੈ ਬਸ ਆਪਾਂ ਉਹ ਗੱਲ ਆ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਅਸੀਂ ਉਹਨਾਂ ਨੂੰ ਸੋਰਟ ਆਊਟ ਕਰੀਏ। ਬਤੌਰ ਸਿੱਖ ਕਿਵੇਂ ਦੇਖਦੇ ਹੋ? ਬਤੌਰ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜ ਕੱਲ੍ਹ ਸਭ ਤੋਂ ਵੱਡਾ ਜਿਹੜਾ ਯੁੱਗ ਆ ਉਹ ਸੋਸ਼ਲ ਮੀਡੀਆ ਦਾ ਯੁੱਗ ਆ, ਅਸੀਂ ਪਿੱਛੇ ਕਿਉਂ ਰਹਿ ਗਏ? ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ, ਬੱਚਿਆਂ ਨੂੰ ਅਸੀਂ ਗੁਰਦੁਆਰੇ ਨਹੀਂ ਲੈ ਕੇ ਜਾਂਦੇ ਅਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ। ਤੁਸੀਂ ਵੇਖੋ ਅੱਜ ਮੇਰੇ ਬੱਚੇ ਆ, ਮੇਰੇ ਬੱਚਿਆਂ ਨੂੰ ਮਹਾਂਭਾਰਤ, ਰਮਾਇਣ, ਛੋਟਾ ਭੀਮ ਸਭ ਯਾਦ ਆ, ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ? ਉਹੀ ਪ੍ਰੋਬਲਮ ਇਹੋ ਹੀ ਆ ਕਿ ਅਸੀਂ, ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ, ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਈ ਬਣੀਆਂ ਹੋਈਆਂ ਏ। ਹਾਂ, ਹੁਣ ਉਸੇ ਗੱਲ ਤੇ ਆਉਣਾ ਮੈਂ, ਅਸੀਂ ਬਣਾ ਨਹੀਂ ਰਹੇ, ਆਪਾਂ ਨਹੀਂ ਬਣਾਉਂਦੇ, ਅਸੀਂ ਜਦੋਂ ਡਾਕੂਮੈਂਟ ਤਾਂ ਬਹੁਤ ਬਣੀਆਂ ਵੀ ਆ ਜੀ, ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ, ਯੋਧਿਆਂ ਬਾਰੇ ਪਤਾ ਤਾਂ ਹੈ ਨਾ ਸਾਰਿਆਂ ਨੂੰ ਜੀ? ਉਹ ਕੌਣ ਬਣਾ ਰਿਹਾ? ਕਦੀ ਇਹ ਵੇਖਿਆ ਤੁਸੀਂ? ਕਦੀ ਖੋਲ ਕੇ ਵੇਖਿਓ। ਅਸੀਂ ਕਹਿ ਦਿੰਦੇ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਫਿਲਮ ਬਣਾਈ, ਇੱਕ ਇੱਥੇ ਡੇਰਾਵਾਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ, ਦੋਵਾਂ ਉਹ 17 ਕਰੋੜ ਦੀ ਬਣੀ ਹੈ, 9 ਕਰੋੜ ਦੀ ਬਣੀ, ਉਹ 'ਤੇ ਬੈਨ ਲੱਗ ਗਿਆ, ਬੈਨ 'ਤੇ ਲੱਗ ਗਿਆ, ਮੈਂ ਸਮਝ ਗਿਆ ਤੁਹਾਡੀ ਗੱਲ। ਬਟ ਜਿਹੜੀਆਂ ਯੂਟਿਊਬ ਦੇ ਉੱਪਰ ਵੀਡੀਓਜ਼ ਪਈਆਂ, ਕੋਈ ਤਮਿਲਨਾਡੂ ਤੋਂ ਬਣਾ ਰਿਹਾ, ਕੋਈ ਉੜੀਸਾ ਤੋਂ ਬਣਾ ਰਿਹਾ, ਕੋਈ ਕਿਤੋਂ ਬਣਾ ਰਿਹਾ, ਜਿਹੜਾ ਗਲਤ ਨੌਲੇਜ ਦੇ ਰਿਹਾ, ਅਸੀਂ ਉਹਨਾਂ ਨੂੰ ਹਟਾ ਹੀ ਨਹੀਂ ਪਾ ਰਹੇ। ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਘਟਨਾ ਨੂੰ ਸੋਰਟ ਆਊਟ ਕਰ ਲਈਏ, ਫਿਰ ਤੁਹਾਨੂੰ ਸਾਰਾ ਬਿਆਨ ਦੇ ਕੇ ਜਾਂਦਾ ਨਾ, ਅਸੀਂ ਬਹਿ ਕੇ ਇੱਕ ਦਿਨ ਨਿਬੇੜ ਲਈਏ ਗੱਲ ਜੀ, ਫਿਰ ਸੋਰਟ। ਇੱਕ ਇੰਸੀਡੈਂਟ ਵੀ ਸਾਡੇ ਧਿਆਨ 'ਚ ਆਇਆ ਅੱਜ ਕਿ ਇੱਥੇ ਲੋਕਲ ਏਰੀਏ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਅਤੇ ਉੱਥੇ ਕੁਛ ਵਿਅਕਤੀਆਂ ਵੱਲੋਂ, ਜਿਸ ਵਿੱਚ ਕੁਛ ਨਿਹੰਗ ਸਿੰਘ ਵੀ ਹਾਜ਼ਰ ਸਨ, ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਅਤੇ ਮਾਣ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਣ ਮਰਿਆਦਾ ਭੰਗ ਹੋ ਰਹੀ ਹੈ। ਉਸ ਦੇ ਸੰਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜ੍ਹੀ ਬਹੁਤ ਅਣਬਣ ਹੋਈ, ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀ ਜਿੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ। ਗੱਲਬਾਤ ਸੁਣ ਕੇ ਦੋਨਾਂ ਦੀਆਂ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਅਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ 'ਤੇ ਅਥੋਰੀਟੇਟਿਵ ਤੌਰ 'ਤੇ ਅਕਾਲ ਤਖ਼ਤ ਸਾਹਿਬ ਤੋਂ ਜਾਂ ਹੋਰ ਆਪਣਾ SGPC ਤੋਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਹਾਂ। ਅਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਜਿਹੜਾ ਉਹ ਆਪਣਾ ਆਪਦੀ ਕਾਰਵਾਈ ਕਰ ਸਕਦੇ ਨੇ। ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਹਾਂ, ਉੱਥੇ CCTV ਕੈਮਰਾਜ਼ ਲੱਗੇ ਨੇ, ਅਸੀਂ CCTV ਕੈਮਰਾਜ਼ ਦੀ ਫੁਟੇਜ ਦੇਖ ਕੇ ਅਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲਵਾਂਗੇ। ਦੇਖੋ ਆਹ 2-3 ਚੀਜ਼ਾਂ ਹੈਗੀਆਂ ਨੇ, ਕੁਛ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ, ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ। ਅਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਧੇ ਰਾਹੀਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ। ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਈਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਆਪਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ 'ਤੇ ਕਰਵਾਏ, ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ 'ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇੰਸੀਡੈਂਟ ਹੋ ਸਕਦਾ। ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ, ਦੋਨਾਂ ਨੂੰ ਆਪਸ 'ਚ ਅਸੀਂ ਬਿਠਾ ਕੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ, ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ, ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ, ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ, ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ, ਅਸੀਂ CCTV ਕੈਮਰਾਜ਼ ਚੈੱਕ ਕਰ ਰਹੇ ਹਾਂ, ਚੈੱਕ ਕਰਕੇ ਜੋ ਵੀ ਅਪਰੋਪ੍ਰੀਏਟ ਹੋਇਆ ਉਹ ਕਰਦਾ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ? ਬਿਲਕੁਲ ਹੋਊਗੀ ਜੀ, ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨਾਂ ਪਾਰਟੀਆਂ 'ਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ।